ਗਿੱਦੜਬਾਹਾ ਵਿੱਚ ਵਾਪਰੀ ਇੱਕ ਮੰਦਭਾਗੀ ਘਟਨਾ। ਦੋ ਸਕੇ ਭਰਾਵਾਂ ਦੀ ਹੋ ਗਈ ਮੌਤ, ਜਿਨ੍ਹਾਂ ਦੀ ਉਮਰ ਮਹਿਜ 8 ਸਾਲ ਤੇ 9 ਸਾਲ ਦੱਸੀ ਜਾ ਰਹੀ ਹੈ। ਗੁਰਦੁਆਰਾ ਸਾਹਿਬ ਦੇ ਸਰੋਵਰ ਵਿੱਚ ਮਿਲੀਆਂ ਲਾਸ਼ਾਂ, ਇਹ ਸਰੋਵਰ ਵਿੱਚ ਕਿਵੇਂ ਗਏ, ਜਾਂਚ ਦਾ ਵਿਸ਼ਾ ਹੈ। ਜੀ ਹਾਂ, ਅਸੀਂ ਗੱਲ ਕਰਦੇ ਹਾਂ ਸ੍ਰੀ ਮੁਕਤਸਰ ਸਾਹਿਬ ਦੇ ਵਿਧਾਨ ਹਲਕਾ ਗਿੱਦੜਬਾਹਾ ਦੀ, ਜਿੱਥੇ ਕਿ ਦੋ ਸਕੇ ਭਰਾ ਘਰੋਂ ਬਾਹਰ ਨਿਕਲੇ, ਪਰ ਜਦੋਂ ਉਹ ਸ਼ਾਮ ਤੱਕ ਘਰ ਨਾ ਆਏ ਤਾਂ ਪਰਿਵਾਰ ਵੱਲੋਂ ਸਾਰੀ ਰਾਤ ਇਹਨਾਂ ਦੀ ਭਾਲ ਕੀਤੀ ਗਈ। ਫਿਰ ਉਹ ਸਵੇਰ ਚੜ੍ਹਦੇ ਸਾਰ ਹੀ ਗੁਰਦੁਆਰਾ ਸਾਹਿਬ ਵਿੱਚ ਅਨਾਉਂਸਮੈਂਟ ਕਰਵਾਉਣ ਪਹੁੰਚੇ ਤਾਂ ਉੱਥੇ ਸਰੋਵਰ ਵਿੱਚ ਬੱਚਿਆਂ ਦੀਆਂ ਲਾਸ਼ਾਂ ਤੈਰ ਰਹੀਆਂ ਸੀ। ਮੌਕੇ ਤੇ ਪੁਲਿਸ ਨੇ ਆ ਕੇ ਲਾਸ਼ਾਂ ਨੂੰ ਕਬਜ਼ੇ ਵਿੱਚ ਲਿਆ ਤੇ ਕਾਰਵਾਈ ਸ਼ੁਰੂ ਕੀਤੀ, ਪਰ ਫਿਰ ਵੀ ਇਹ ਸਭ ਕੁਝ ਕਿਵੇਂ ਤੇ ਕਦੋਂ ਹੋਇਆ, ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ।